ਅਤੇ ਜੋ ਕਿ ਇਹ ਬੱਚਾ ਅਸ਼ਮਨ ਅੱਜ ਤੋਂ ਇੱਕ ਸਾਲ ਪਹਿਲਾਂ ਹੀ ਇੰਗਲੈਂਡ UK 'ਚ ਗਿਆ ਹੈਗਾ ਆ। ਅਤੇ ਇਹ MBA ਉੱਥੇ ਕਰਨ ਲਈ ਗਿਆ ਸੀਗਾ, ਜੋ ਕਿ ਆਉਣ ਵਾਲੇ 15 ਦਿਨਾਂ ਬਾਅਦ ਇਹਨੂੰ ਇੱਕ ਉੱਥੇ ਡਿਗਰੀ ਮਿਲਣੀ ਸੀਗੀ। ਅਤੇ ਇਹਦੇ ਦਾਦਾ ਜੀ ਨੇ ਜੋ ਦੱਸਿਆ ਕਿ ਮੈਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪੋਤੇ ਨੂੰ ਉੱਥੇ ਡਿਗਰੀ ਮਿਲਣੀ ਆ ਅਤੇ ਮੈਂ ਉੱਥੇ ਜਾਣਾ ਹੈਗਾ ਆ। ਅਤੇ ਇਹਦੀ 15 ਤਰੀਕ ਨੂੰ ਇਹਦਾ ਬਰਥਡੇ ਸੀਗਾ, ਜਨਮਦਿਨ ਸੀਗਾ, ਜੋ ਕਿ ਉੱਥੇ ਆਪਣੇ ਫਰੈਂਡ ਦੇ ਨਾਲ ਇਹਨੇ ਕੇਕ ਵਗੈਰਾ ਜੋ ਕਿ ਸਾਂਝਾ ਕੀਤਾ, ਕੱਟਿਆ ਬਰਥਡੇ ਦਾ। ਦੇਖੋ ਜੀ, ਮੈਂ ਮਾਡਲ ਟਾਊਨ ਤੋਂ ਜਿਹੜਾ ਅਸ਼ਮਨ ਸੀਗੇ, ਅਸ਼ਮਨ ਨੂੰ ਤਾਂ ਮੈਂ ਥੋੜ੍ਹਾ ਜਾਣਦਾ ਸੀਗਾ, ਪਰ ਜੋ ਇਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਮੈਂ ਜਾਣਦਾ ਸੀਗਾ। ਇਹਨਾਂ ਦਾ ਡੈਡੀ ਪਲੀਜ਼ ਦੇ ਨਾਮ 'ਤੇ ਇੱਥੇ ਬਾਹਰ ਸ਼ੋਰੂਮ ਸੀਗਾ ਸੰਜੇ ਕਰਾਟੇ ਦੇ ਨਾਲ। ਅਤੇ ਜੋ ਕਿ ਇਹ ਬੱਚਾ ਅਸ਼ਮਨ ਅੱਜ ਤੋਂ ਇੱਕ ਸਾਲ ਪਹਿਲਾਂ ਹੀ ਇੰਗਲੈਂਡ UK 'ਚ ਗਿਆ ਹੈਗਾ ਆ। ਅਤੇ ਇਹ MBA ਉੱਥੇ ਕਰਨ ਲਈ ਗਿਆ ਸੀਗਾ, ਜੋ ਕਿ ਆਉਣ ਵਾਲੇ 15 ਦਿਨਾਂ ਬਾਅਦ ਇਹਨੂੰ ਇੱਕ ਉੱਥੇ ਡਿਗਰੀ ਮਿਲਣੀ ਸੀਗੀ। ਅਤੇ ਇਹਦੇ ਦਾਦਾ ਜੀ ਨੇ ਜੋ ਦੱਸਿਆ ਕਿ ਮੈਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪੋਤੇ ਨੂੰ ਉੱਥੇ ਡਿਗਰੀ ਮਿਲਣੀ ਆ ਅਤੇ ਮੈਂ ਉੱਥੇ ਜਾਣਾ ਹੈਗਾ ਆ। ਅਤੇ ਇਹਦੀ 15 ਤਰੀਕ ਨੂੰ ਇਹਦਾ ਬਰਥਡੇ ਸੀਗਾ, ਜਨਮਦਿਨ ਸੀਗਾ, ਜੋ ਕਿ ਉੱਥੇ ਆਪਣੇ ਫਰੈਂਡ ਦੇ ਨਾਲ ਇਹਨੇ ਕੇਕ ਵਗੈਰਾ ਜੋ ਕਿ ਸਾਂਝਾ ਕੀਤਾ, ਕੱਟਿਆ ਬਰਥਡੇ ਦਾ। ਉਹਦੇ ਬਾਅਦ ਜਿਹੜੇ ਇਹਦੇ ਫਰੈਂਡ ਸੀਗੇ ਉਹ ਮਤਲਬ ਇੱਕ ਆਪਣੇ ਰੂਮ 'ਚ ਚਲੇ ਗਿਆ, ਦੂਸਰਾ ਉੱਧਰ ਨੂੰ, ਅਤੇ ਇਹਨੇ ਕਿਹਾ ਹੋਏਗਾ ਕਿ ਮੈਂ ਆਪ ਚਲੇ ਜਾਂਦਾ ਹੈਗਾ ਆ, ਠੀਕ ਹੈ, ਜੋ ਕਿ ਪਤਾ ਲੱਗਾ ਹੈਗਾ ਆ। ਅਤੇ ਉਹਦੇ ਬਾਅਦ ਜਾਣ ਤੋਂ ਬਾਅਦ ਇਹਦੇ ਫਰੈਂਡਾਂ ਵਗੈਰਾ ਨੇ ਵੀ ਮਤਲਬ ਦੇਖਿਆ ਨਹੀਂ ਕਿ ਉਹ ਪਹੁੰਚ ਗਿਆ ਜਾਂ ਨਹੀਂ ਪਹੁੰਚਿਆ ਹੈਗਾ, ਜੋ ਕਿ 2-3 ਦਿਨ ਬਾਅਦ ਜੋ ਹੁਣ ਪਤਾ ਲੱਗਾ ਹੈਗਾ ਆ ਕਿ ਜੋ ਕਿ ਅਸ਼ਮਨ ਜੋ ਹੈ ਉਹ ਆਪਣੇ ਪਰਿਵਾਰ ਨੂੰ, ਦੁਨੀਆ ਨੂੰ ਅਲਵਿਦਾ ਕਰ ਗਿਆ ਹੈਗਾ ਆ। ਉਹਦੇ ਫਾਦਰ ਸਾਹਿਬ ਨੇ ਕੱਲ੍ਹ ਜੋ ਆਪਣੀ ਜਿਹੜਾ ਅਰਜੈਂਟ ਵਾਲਾ ਜੋ ਤਤਕਾਲ ਵਾਲਾ ਵੀਜ਼ਾ ਲਗਵਾ ਕੇ ਉਹ ਜਦੋਂ ਅੱਜ ਰਾਤੀ ਉੱਥੇ ਏਅਰਪੋਰਟ 'ਤੇ ਸੀਗੀ ਅਤੇ ਉਦੋਂ ਉਹਨਾਂ ਨੂੰ ਖਬਰ ਮਿਲੀ ਕਿ ਇੱਦਾਂ ਇੱਦਾਂ ਜੋ ਕਿ ਇਹਨਾਂ ਦਾ ਬੇਟਾ ਆ ਉਹ ਮਤਲਬ ਕਹਿੰਦਾ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਮੁੰਦਰ ਦੇ ਕਿਨਾਰੇ ਮਿਲੀ ਹੈਗੀ ਆ। ਅਤੇ ਬੜਾ ਮਾਤਮ ਛਾਇਆ ਹੋਇਆ ਆ ਉਹਨਾਂ ਦੇ ਘਰ 'ਚ, ਸਾਰੇ ਮਾਡਲ ਟਾਊਨ 'ਚ ਹੀ ਕਿਸੇ ਦੇ ਘਰ ਦੇ ਵਿੱਚ ਉਹ 20 ਸਾਲ ਦਾ ਧੀ ਪੁੱਤ ਚਲੇ ਜਾਣਾ, ਉਹਦੇ ਨਾਲ ਦੁੱਖ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਜਿਸ ਬੰਦੇ ਦੀਆਂ ਇੰਨੀਆਂ ਆਪਣੇ ਪੋਤਰੇ ਨੇ, ਉਹਨਾਂ ਦੇ ਫਾਦਰ ਸਾਹਿਬ ਨਾਲ ਕੱਲ੍ਹ ਅਸੀਂ ਆਪਣੇ ਉੱਥੇ ਬੈਠੇ ਸੀਗੇ ਅਤੇ ਮੇਰੇ ਮਿੱਤਰ ਨੇ, ਚੇਅਰਮੈਨ ਸਾਹਿਬ, ਉਹਨਾਂ ਨੇ ਗੱਲ ਕੀਤੀ ਸੀਗੀ। ਤਕਰੀਬਨ ਸਮਾਂ ਸੀ ਕੋਈ 12 ਕੁ ਵਜੇ ਦਾ, ਅਤੇ ਉਹ ਦਿੱਲੀ ਵੀਜ਼ਾ ਜਿਹੜਾ ਕਿ ਤਤਕਾਲ ਵਾਲਾ ਲਗਵਾਉਣ ਲਈ ਗਏ ਸੀਗੇ ਕਿ ਅਸੀਂ ਆਪਣੇ ਬੱਚੇ ਦੀ ਭਾਲ ਲਈ, ਕਿਉਂਕਿ ਪਹਿਲਾਂ ਮਿਸਿੰਗ ਹੀ ਸੀਗਾ। ਹਾਲੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਾ ਜੀ, ਕਾਰਨ ਇਹੀ ਸੀਗਾ ਕਿ ਸਾਰੇ ਫਰੈਂਡ ਸੀਗੇ ਆਪਸ 'ਚ, ਉਹਨਾਂ ਨੇ ਜਿੱਦਾਂ ਸੈਲੀਬ੍ਰੇਟ ਕਰਦੇ ਹੈਗੇ ਆ, ਠੀਕ ਹੈ, ਅਤੇ ਸੈਲੀਬ੍ਰੇਟ ਕਰਨ ਤੋਂ ਬਾਅਦ ਕੀ ਭਾਣਾ ਵਰਤਿਆ, ਕਿੱਦਾਂ ਭਾਣਾ ਵਰਤਿਆ, ਇਹ ਜੋ ਉੱਥੋਂ ਦੀ ਗੌਰਮੈਂਟ ਆ ਜਾਂ ਉੱਥੋਂ ਦੀ ਪੁਲਿਸ ਹੈ ਉਹ ਬੜੀ, ਡੈੱਡ ਬੋਡੀ ਤਾਂ ਹੁਣ ਉਹਨਾਂ ਨੇ ਸਿਸਟਮ ਦੇ ਨਾਲ ਹੀ ਦੇਣਾ ਹੈ ਜੀ, ਠੀਕ ਹੈ। ਮੇਰਾ ਖਿਆਲ ਹੈ ਕਿ ਯੰਗ ਹੈਗੇ ਨੇ ਅਤੇ ਉਹਦੇ ਕਰਕੇ ਜੋ ਆਪਣੀਆਂ ਪੂਰੀਆਂ ਫਾਰਮੈਲਿਟੀਆਂ ਕਰਕੇ, ਠੀਕ ਹੈ, ਅਸੀਂ ਤਾਂ ਉੱਥੋਂ ਦੀ ਗੌਰਮੈਂਟ ਨੂੰ ਵੀ ਇਹੀ ਤੁਹਾਡੇ ਮਾਧਿਅਮ ਦੇ ਦੁਆਰਾ ਇਹੀ ਅਪੀਲ ਕਰਦੇ ਹਾਂ ਕਿ ਜੋ ਇਹਦਾ ਪ੍ਰੋਸੈਸ ਹੈਗਾ ਆ ਉਹ ਜਲਦੀ ਤੋਂ ਜਲਦੀ ਕਰਕੇ ਅਤੇ ਜੋ ਬੱਚੇ ਦੀ ਬੋਡੀ ਹੈ ਉਹਨਾਂ ਦੇ ਡੈਡ ਵਗੈਰਾ ਨੂੰ ਦਿੱਤੀ ਜਾਵੇ। ਅਤੇ ਭਤੀਜਾ ਜੀ ਸਾਡਾ, ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਸੀ, ਉਹਦੀ ਰਾਤੀ 12:30 ਵਜੇ ਸਾਨੂੰ ਪਤਾ ਲੱਗਾ ਕਿ ਉਹਦੀ ਡੈਥ ਹੋ ਚੁੱਕੀ ਹੈ। ਕੀ ਨਾਂ? ਕੀ ਸੀ? ਗੁਰਸ਼ਮਨ ਸਿੰਘ ਭਾਟੀਆ।
ਲੰਡਨ ਉਹਦੇ ਫਾਦਰ ਸਾਹਿਬ ਅਜੇ ਪਹੁੰਚੇ ਨਹੀਂ ਹੈ, ਉਹਨਾਂ ਦੇ ਫਾਦਰ ਸਾਹਿਬ ਫਲੈਟ ਵਿੱਚ ਹੈਗੇ ਆ, ਜਦੋਂ ਪਹੁੰਚਣਗੇ 4-5 ਵਜੇ ਤੱਕ ਸਾਨੂੰ ਪਤਾ ਲੱਗੇਗਾ, ਉਸ ਤੋਂ ਬਾਅਦ ਅਸੀਂ ਤੁਹਾਨੂੰ ਸਭ ਦੱਸਾਂਗੇ। ਕੁਛ ਨੀ ਭਾਜੀ, ਜਦੋਂ ਤੱਕ ਉਹਦੇ ਫਾਦਰ ਸਾਹਿਬ ਉੱਥੇ ਤੱਕ ਪਹੁੰਚੇ ਨਹੀਂ ਅਸੀਂ ਤਦ ਤੱਕ ਨਹੀਂ ਦੱਸ ਸਕਦੇ। ਸਹੀ ਜਾਣਕਾਰੀ ਉਹੀ ਮਿਲੇਗੀ ਜਿਹੜੀ ਫਾਦਰ ਸਾਹਿਬ ਅਜੇ ਤੱਕ ਕੁਛ ਨੀ ਭਾਜੀ, ਅਜੇ ਤਾਂ ਪਹੁੰਚਣ ਤਾਂ ਦਿਓ ਜੀ। ਤੁਹਾਡਾ ਕੀ ਰਿਸ਼ਤਾ ਨਾ? ਮੇਰੇ ਫਰੈਂਡ ਦਾ ਬੇਟਾ ਗਾ ਜੀ, ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਸੀ। ਨਾਮ ਕੀ ਤੁਹਾਡਾ? ਮੇਰਾ ਜਸਵਿੰਦਰ ਸਿੰਘ। ਜੋ ਕਿ ਇਹ ਬੱਚਾ ਅਸ਼ਮਨ ਅੱਜ ਤੋਂ 1 ਸਾਲ ਪਹਿਲਾਂ ਹੀ ਇੰਗਲੈਂਡ UK 'ਚ ਗਿਆ ਹੈਗਾ ਆ। ਅਤੇ ਇਹ MBA ਉੱਤੇ ਕਰਨ ਲਈ ਗਿਆ ਸੀਗਾ, ਜੋ ਕਿ ਆਉਣ ਵਾਲੇ 15 ਦਿਨਾਂ ਬਾਅਦ ਇਹਨੂੰ ਇੱਕ ਉੱਥੇ ਡਿਗਰੀ ਮਿਲਣੀ ਸੀਗੀ। ਅਤੇ ਇਹਦੇ ਦਾਦਾ ਜੀ ਨੇ ਜੋ ਦੱਸਿਆ, ਮੈਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪੋਤੇ ਨੂੰ ਉੱਥੇ ਡਿਗਰੀ ਮਿਲਣੀ ਆ ਅਤੇ ਮੈਂ ਉੱਥੇ ਜਾਣਾ ਹੈਗਾ ਆ। ਅਤੇ ਇਹਦੀ 15 ਤਰੀਕ ਨੂੰ ਇਹਦਾ ਬਰਥਡੇ ਸੀਗਾ, ਜਨਮਦਿਨ ਸੀਗਾ, ਜੋ ਕਿ ਉੱਥੇ ਆਪਣੇ ਫਰੈਂਡ ਦੇ ਨਾਲ ਇਹਨੇ ਕੇਕ ਵਗੈਰਾ ਜੋ ਕਿ ਸਾਂਝਾ ਕੀਤਾ, ਕੱਟਿਆ ਬਰਥਡੇ ਦਾ। ਦੇਖੋ ਜੀ, ਮੈਂ ਮਾਡਲ ਟਾਊਨ ਤੋਂ ਜਿਹੜਾ ਅਸ਼ਮਨ ਸੀਗੇ, ਅਸ਼ਮਨ ਨੂੰ ਤਾਂ ਮੈਂ ਪੂਰਾ ਜਾਣਦਾ ਸੀਗਾ, ਔਰ ਜੋ ਇਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਮੈਂ ਜਾਣਦਾ ਸੀਗਾ। ਇਹਨਾਂ ਦਾ ਡੈਡੀ ਪਲੀਜ਼ ਦੇ ਨਾਮ 'ਤੇ ਇੱਥੇ ਬਾਹਰ ਸ਼ੋਰੂਮ ਸੀਗਾ ਸੰਜੇ ਕਰਾਟੇ ਦੇ ਨਾਲ। ਅਤੇ ਜੋ ਕਿ ਇਹ ਬੱਚਾ ਅਸ਼ਮਨ ਅੱਜ ਤੋਂ 1 ਸਾਲ ਪਹਿਲਾਂ ਹੀ ਇੰਗਲੈਂਡ UK 'ਚ ਗਿਆ ਹੈਗਾ ਆ। ਅਤੇ ਇਹ MBA ਉੱਥੇ ਕਰਨ ਲਈ ਗਿਆ ਸੀਗਾ, ਜੋ ਕਿ ਆਉਣ ਵਾਲੇ 15 ਦਿਨਾਂ ਬਾਅਦ ਇਹਨੂੰ ਇੱਕ ਉੱਥੇ ਡਿਗਰੀ ਮਿਲਣੀ ਸੀਗੀ। ਅਤੇ ਇਹਦੇ ਦਾਦਾ ਜੀ ਨੇ ਜੋ ਦੱਸਿਆ, ਕਿ ਮੈਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪੋਤੇ ਨੂੰ ਉੱਥੇ ਡਿਗਰੀ ਮਿਲਣੀ ਆ ਅਤੇ ਮੈਂ ਉੱਥੇ ਜਾਣਾ ਹੈਗਾ ਆ। ਅਤੇ ਇਹਦੀ 15 ਤਰੀਕ ਨੂੰ ਇਹਦਾ ਬਰਥਡੇ ਸੀਗਾ, ਜਨਮਦਿਨ ਸੀਗਾ, ਜੋ ਕਿ ਉੱਥੇ ਆਪਣੇ ਫਰੈਂਡ ਦੇ ਨਾਲ ਇਹਨੇ ਕੇਕ ਵਗੈਰਾ ਜੋ ਕਿ ਸਾਂਝਾ ਕੀਤਾ, ਕੱਟਿਆ ਬਰਥਡੇ ਦਾ। ਉਹਦੇ ਬਾਅਦ ਜਿਹੜੇ ਇਹਦੇ ਫਰੈਂਡ ਸੀਗੇ ਉਹ ਮਤਲਬ ਇੱਕ ਆਪਣੇ ਰੂਮ 'ਚ ਚਲੇ ਗਿਆ, ਦੂਸਰਾ ਉੱਧਰ ਨੂੰ, ਅਤੇ ਇਹਨੇ ਕਿਹਾ ਹੋਏਗਾ ਕਿ ਮੈਂ ਆਪ ਚਲੇ ਜਾਂਦਾ ਹੈਗਾ ਹਾਂ, ਠੀਕ ਹੈ, ਜੋ ਕਿ ਪਤਾ ਲੱਗਾ ਹੈਗਾ ਆ। ਅਤੇ ਉਹਦੇ ਬਾਅਦ ਜਾਣ ਤੋਂ ਬਾਅਦ ਇਹਦੇ ਫਰੈਂਡਾਂ ਵਗੈਰਾ ਨੇ ਵੀ ਮਤਲਬ ਦੇਖਿਆ ਨਹੀਂ ਕਿ ਉਹ ਪਹੁੰਚ ਗਿਆ ਜਾਂ ਨਹੀਂ ਪਹੁੰਚਿਆ ਹੈਗਾ, ਜੋ ਕਿ 2-3 ਦਿਨ ਬਾਅਦ ਜੋ ਹੁਣ ਪਤਾ ਲੱਗਾ ਹੈਗਾ ਆ ਕਿ ਜੋ ਕਿ ਅਸ਼ਮਨ ਜੋ ਹੈ ਉਹ ਆਪਣੇ ਪਰਿਵਾਰ ਨੂੰ, ਦੁਨੀਆ ਨੂੰ ਅਲਵਿਦਾ ਕਰ ਗਿਆ ਹੈਗਾ ਆ। ਉਹਦੇ ਫਾਦਰ ਸਾਹਿਬ ਨੇ ਕੱਲ੍ਹ ਜੋ ਆਪਣੀ ਜਿਹੜਾ ਅਰਜੈਂਟ ਵਾਲਾ ਜੋ ਤਤਕਾਲ ਵਾਲਾ ਵੀਜ਼ਾ ਲਗਵਾ ਕੇ ਉਹ ਜਦੋਂ ਅੱਜ ਰਾਤੀ ਉੱਥੇ 에ਅਰਪੋਰਟ 'ਤੇ ਸੀਗੀ ਅਤੇ ਉਦੋਂ ਉਹਨਾਂ ਨੂੰ ਖਬਰ ਮਿਲੀ ਕਿ ਇੱਦਾਂ ਇੱਦਾਂ ਜੋ ਕਿ ਇਹਨਾਂ ਦਾ ਬੇਟਾ ਆ ਉਹ ਮਤਲਬ ਕਹਿੰਦਾ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਮੁੰਦਰ ਦੇ ਕਿਨਾਰੇ ਮਿਲੀ ਹੈਗੀ ਆ। ਅਤੇ ਬੜਾ ਮਾਤਮ ਛਾਇਆ ਹੋਇਆ ਆ ਉਹਨਾਂ ਦੇ ਘਰ 'ਚ, ਸਾਰੇ ਮਾਡਲ ਟਾਊਨ 'ਚ ਹੀ ਕਿਸੇ ਦੇ ਘਰ ਦੇ ਵਿੱਚੋਂ 20 ਸਾਲ ਦਾ ਧੀ ਪੁੱਤ ਚਲੇ ਜਾਣਾ, ਉਹਦੇ ਨਾਲ ਦੁੱਖ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਜਿਸ ਬੰਦੇ ਦੀਆਂ ਇੰਨੀਆਂ ਆਪਣੇ ਪੋਤਰੇ ਨੇ, ਉਹਨਾਂ ਦੇ ਫਾਦਰ ਸਾਹਿਬ ਨਾਲ ਕੱਲ੍ਹ ਅਸੀਂ ਆਪਣੇ ਉੱਥੇ ਬੈਠੇ ਸੀਗੇ ਅਤੇ ਮੇਰੇ ਮਿੱਤਰ ਨੇ ਚੇਅਰਮੈਨ ਸਾਹਿਬ, ਉਹਨਾਂ ਨੇ ਗੱਲ ਕੀਤੀ ਸੀਗੀ, ਤਕਰੀਬਨ ਸਮਾਂ ਸੀ ਕੋਈ 12 ਵਜੇ ਦਾ, ਅਤੇ ਉਹ ਦਿੱਲੀ ਵੀਜ਼ਾ ਜਿਹੜਾ ਕਿ ਤਤਕਾਲ ਵਾਲਾ ਲਗਵਾਉਣ ਲਈ ਗਏ ਸੀਗੇ ਕਿ ਅਸੀਂ ਆਪਣੇ ਬੱਚੇ ਦੀ ਭਾਲ ਲਈ, ਕਿਉਂਕਿ ਪਹਿਲਾਂ ਮਿਸਿੰਗ ਹੀ ਸੀਗਾ। ਹਾਲੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਾ ਜੀ, ਕਾਰਨ ਇਹੀ ਸੀਗਾ ਕਿ ਸਾਰੇ ਫਰੈਂਡ ਸੀਗੇ ਆਪਸ 'ਚ, ਉਹਨਾਂ ਨੇ ਜਿੱਦਾਂ ਸੈਲੀਬ੍ਰੇਟ ਕਰਦੇ ਹੈਗੇ ਆ, ਠੀਕ ਹੈ, ਅਤੇ ਸੈਲੀਬ੍ਰੇਟ ਕਰਨ ਤੋਂ ਬਾਅਦ ਕੀ ਭਾਣਾ ਵਰਤਿਆ, ਕਿੱਦਾਂ ਭਾਣਾ ਵਰਤਿਆ, ਇਹ ਜੋ ਉੱਥੋਂ ਦੀ ਗੌਰਮੈਂਟ ਆ ਜਾਂ ਉੱਥੋਂ ਦੀ ਪੁਲਿਸ ਹੈ ਉਹ ਬੜੀ
ਡੈਡ ਬੋਡੀ ਤਾਂ ਹੁਣ ਉਹਨਾਂ ਨੇ ਸਿਸਟਮ ਦੇ ਨਾਲ ਹੀ ਦੇਣਾ ਹੈ ਜੀ। ਠੀਕ ਹੈ, ਮੇਰਾ ਖਿਆਲ ਹੈ ਕਿ ਯੰਗ ਹੈਗੇ ਨੇ ਅਤੇ ਉਹਦੇ ਕਰਕੇ ਜੋ ਆਪਣੀਆਂ ਪੂਰੀਆਂ ਫਾਰਮੈਲਿਟੀਆਂ ਕਰਕੇ, ਠੀਕ ਹੈ, ਅਸੀਂ ਤਾਂ ਉੱਥੋਂ ਦੀ ਗੌਰਮੈਂਟ ਨੂੰ ਵੀ ਇਹੀ ਤੁਹਾਡੇ ਮਾਧਿਅਮ ਦੇ ਦੁਆਰਾ ਇਹੀ ਅਪੀਲ ਕਰਦੇ ਹਾਂ ਕਿ ਜੋ ਇਹਦਾ ਪ੍ਰੋਸੈਸ ਹੈਗਾ ਆ ਉਹ ਜਲਦੀ ਤੋਂ ਜਲਦੀ ਕਰਕੇ ਅਤੇ ਜੋ ਬੱਚੇ ਦੀ ਬੋਡੀ ਹੈ ਉਹਨਾਂ ਦੇ ਡੈਡ ਵਗੈਰਾ ਨੂੰ ਦਿੱਤੀ ਜਾਵੇ। ਅਤੇ ਭਤੀਜਾ ਜੀ ਸਾਡਾ ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਸੀ, ਉਹਦੀ ਰਾਤੀ 12:30 ਵਜੇ ਸਾਨੂੰ ਪਤਾ ਲੱਗਾ ਕਿ ਉਹਦੀ ਡੈਥ ਹੋ ਚੁੱਕੀ ਹੈ। ਕੀ ਨਾਮ ਕੀ ਸੀ? ਗੁਰਸ਼ਮਨ ਸਿੰਘ ਭੱਟ। ਲੰਡਨ ਮੇਰੇ ਫਰੈਂਡ ਦਾ ਬੇਟਾ ਗਾ ਜੀ, ਸਾਡੇ ਨਾਲ ਗੁਰੂ ਘਰ ਸੇਵਾ ਕਰਦਾ। ਮੇਰਾ ਨਾਮ ਜਸਵਿੰਦਰ ਸਿੰਘ।